ਗੱਡੀ ਲਾ ਰਹੀ ਹੈ ਔਰਬਿਟ ਜਿਹੜੀ ਗੰਗਾਨਗਰ ਤੋਂ ਆਉਂਦੀ ਹੈ ਪਰ ਉਹ ਜਦੋਂ ਪਤਾ ਕੀਤਾ ਸੀ ਕੰਡਕਟਰ ਨੂੰ ਵੀ ਗੱਲ ਕੀ ਹੈ ਕਿ ਕਿਉਂ ਰੋਕੀ ਕਿਉਂ ਨਹੀਂ ਚੱਲਦੇ ਪਏ ਉਹ ਕਹਿੰਦਾ ਵੀ ਟਾਈਮ ਇਹਨਾਂ ਦਾ ਹੈ ਨਹੀਂਗਾ ਅਤੇ ਇਹ ਆਪਣੇ ਟਾਈਮ 'ਚ ਗੱਡੀ ਕੱਢਦੇ ਆ ਲਗਾਤਾਰ ਸਵਾਰੀ ਤੋਂ ਗਾਂ ਤੱਕ ਚੱਕਦੇ ਆ ਉਹਨਾਂ ਕਦੇ ਇਹਨਾਂ ਕੰਡਕਟਰ ਨੂੰ ਕਿਹਾ ਹੋਊਗਾ ਔਰਬਿਟ ਵਾਲਿਆਂ ਨੂੰ ਵੀ ਭਾਈ ਤੁਸੀਂ ਥੱਲੇ ਨਾ ਆਇਆ ਕਰੋ ਕਹਿੰਦੇ ਵੀ ਇਹ ਤਾਂ ਐਂ ਆਊਗੀ ਅਤੇ ਸਵਾਰੀ ਵੀ ਐਂ ਚੱਕ ਵੀ ਜਦੋਂ ਪਰਮਿਟ ਹੀ ਨਹੀਂ ਮੰਤਰੀ ਇੱਕ ਪਾਸੇ ਕਹਿੰਦਾ ਵੀ ਅਸੀਂ ਗੱਡੀਆਂ ਨਾ ਜਾ ਚੱਲਣ ਨਹੀਂ ਦੇਣੀ ਅਤੇ ਇੱਕ ਪਾਸੇ ਤਾਂ ਪਰਮਿਟ ਵੀ ਹੈ ਨਹੀਂ ਗੱਡੀਆਂ ਵਿੱਚ ਚਲੀ ਜਾਂਦੀਆਂ ਕੋਈ ਚਲੀ ਜਾਂਦੀਆਂ ਜਾਂ ਤਾਂ ਗੱਡੀਆਂ ਟਾਈਮ 'ਤੇ ਪਰਮਿਟ ਪਾਇਆ ਜਾਵੇ ਨਹੀਂ ਪਾਇਆ ਜਾਵੇ ਤਾਂ ਕੋਈ ਚਲਾਉਂਦੇ ਬੰਦ ਕਰਾਉਣ ਸਰਕਾਰ ਨੂੰ ਚੂਨਾ ਲੱਗ ਰਿਹਾ ਕਰੋੜਾਂ ਰੁਪਈਆ ਦਾ ਚੂਨਾ ਲੱਗ ਰਿਹਾ ਸਰਕਾਰੀ ਗੱਡੀ ਤੋਂ ਟਾਈਮ ਚੱਕੀ ਜਾਂਦੇ ਹੋ ਬਠਿੰਡਾ 'ਚ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ PRTC ਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਦੀ ਔਰਬਿਟ ਬੱਸ ਚਾਲਕਾਂ ਨਾਲ ਟਾਈਮ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ ਜਿਸ ਤੋਂ ਬਾਅਦ PRTC ਦੇ ਮੁਲਾਜ਼ਮ ਵੱਡੀ ਗਿਣਤੀ 'ਚ ਇਕੱਠੇ ਹੋਏ ਅਤੇ ਔਰਬਿਟ ਕੰਪਨੀ ਦੀ ਬੱਸ ਦੇ ਨਾਜਾਇਜ਼ ਚੱਲਣ ਦੇ ਇਲਜ਼ਾਮ ਲਗਾਏ ਅੱਜ ਬਠਿੰਡਾ ਬੀਬੀਆ ਚੌਂਕ ਵਿੱਚ ਵੋਲਵੋ ਗੱਡੀਆਂ ਜਿਹੜੀਆਂ ਟੂਰਿਸਟ ਪਰਮਿਟ ਦੀਆਂ ਸਵਾਰੀ ਚੱਕਦੀਆਂ ਸੀ ਅਤੇ ਉਹ PRTC ਅਤੇ ਪਣਬੱਸ ਦੇ ਵਰਕਰਾਂ ਵੱਲੋਂ ਜਿਹੜੀਆਂ ਰੋਕੀਆਂ ਗਈਆਂ ਹੈਗੀਆਂ 5 ਵਜੇ ਤੋਂ ਲਗਭਗ ਇੱਥੇ ਜਾਮ ਲਾਇਆ ਹੋਇਆ ਅਤੇ ਉਹ ਗੱਲਬਾਤ ਕਰਦੇ ਆਪਾਂ ਹਾਂਜੀ ਕੀ ਨਾਮ ਹੈ ਅਤੇ ਅੱਜ ਦਾ ਕੀ ਮਸਲਾ ਜੀ ਜਿਹੜਾ ਗੱਡੀਆਂ ਰੋਕੀਆਂ ਹੋਈਆਂ ਜੀ ਆਪਣੀਆਂ ਮੇਰਾ ਨਾਂ ਕਮਲ ਕੁਮਾਰ ਹੈ ਮੈਂ ਪੰਜਾਬ ਰੋਡ ਪਣਬੱਸ PRTC ਕੰਟੈਕਟ ਕਰਕੇ ਇਹਨਾਂ ਦਾ ਸੁਬਾ ਸਰਦਸਤ ਹਾਂ ਅਸੀਂ ਅੱਜ ਆਪਦੇ ਟਾਈਮ 'ਚ ਆਏ ਸੀ ਮੁਕਤਸਰੋਂ ਅਤੇ ਬਠਿੰਡੇ ਤੋਂ ਗਾਂ ਚੰਡੀਗੜ੍ਹ ਜਾਣੀ ਸੀ ਗੱਡੀ ਵੈਲਵੋ ਗੱਡੀ ਸਰਕਾਰੀ ਗੱਡੀ ਖੜੀ ਸੀ ਉਹਦਾ ਟਾਈਮ ਸੀਗਾ ਅਤੇ ਮੂਹਰੇ ਸਾਡੇ ਆਬੀ ਵਾਲਾ ਚੌਕ 'ਚ ਗੱਡੀ ਲਾ ਰਹੀ ਹੈ ਔਰਬਿਟ ਜਿਹੜੀ ਗੰਗਾਨਗਰ ਤੋਂ ਆਉਂਦੀ ਹੈ ਪਰ ਉਹ ਜਦੋਂ ਪਤਾ ਕੀਤਾ ਸੀ ਕੰਡਕਟਰ ਨੂੰ ਵੀ ਗੱਲ ਕੀ ਹੈ ਕਿ ਕਿਉਂ ਰੋਕੀ ਕਿਉਂ ਨਹੀਂ ਚੱਲਦੇ ਪਏ ਉਹ ਕਹਿੰਦਾ ਵੀ ਟਾਈਮ ਇਹਨਾਂ ਦਾ ਹੈ ਨਹੀਂਗਾ ਅਤੇ ਇਹ ਆਪਣੇ ਟਾਈਮ 'ਚ ਗੱਡੀ ਕੱਢਦੇ ਆ ਲਗਾਤਾਰ ਸਵਾਰੀ ਤੋਂ ਗਾਂ ਤੱਕ ਚੱਕਦੇ ਆ ਉਹਨਾਂ ਕਦੇ ਇਹਨਾਂ ਕੰਡਕਟਰ ਨੂੰ ਕਿਹਾ ਹੋਊਗਾ ਔਰਬਿਟ ਵਾਲਿਆਂ ਨੂੰ ਵੀ ਭਾਈ ਤੁਸੀਂ ਥੱਲੇ ਨਾ ਆਇਆ ਕਰੋ ਕਹਿੰਦੇ ਵੀ ਇਹ ਤਾਂ ਐਂ ਆਊਗੀ ਅਤੇ ਸਵਾਰੀ ਵੀ ਐਂ ਚੱਕਾਂਗੇ ਇਸ ਵਿਸ਼ੇਸ਼ ਤੌਰ 'ਤੇ ਗੱਡੀਆਂ ਰੋਕੀਆਂ ਗਈਆਂ ਵੀ ਜਦੋਂ ਪਰਮਿਟ ਹੀ ਨਹੀਂ ਮੰਤਰੀ ਇੱਕ ਪਾਸੇ ਕਹਿੰਦਾ ਵੀ ਅਸੀਂ ਗੱਡੀਆਂ ਨਾ ਜਾ ਚੱਲਣ ਨਹੀਂ ਦੇਣੀ ਅਤੇ ਇੱਕ ਪਾਸੇ ਤਾਂ ਪਰਮਿਟ ਵੀ ਹੈ ਨਹੀਂ ਗੱਡੀਆਂ ਵਿੱਚ ਚਲੀ ਜਾਂਦੀਆਂ ਕੋਈ ਚਲੀ ਜਾਂਦੀਆਂ ਇਹੋ ਜਿਹੀ ਗੱਡੀਆਂ ਬੰਦ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਚੂਨਾ ਲੱਗਦਾ ਉਹ ਬੰਦ ਹੋਣਾ ਚਾਹੀਦਾ ਜਿਹੜਾ ਜੇ ਚਲਾਉਣੀਆਂ ਤਾਂ ਉਹਦੇ ਪਰਮਿਟ ਪਾਉਣ ਅਤੇ ਟਾਈਮ ਪਾਉਣ ਰੋੜਾ ਕਿਉਂ ਪਵੇ ਲੋਕਾਂ ਨਾਲ ਇਹ ਜਿਹੜਾ ਆਪਾਂ ਦੇਖਦੇ ਹਾਂ ਕਿ ਜਦੋਂ ਕਿ ਰਾਜਾ ਵੜਿੰਗ ਜੀ ਅਮਰਿੰਦਰ ਸਿੰਘ ਜੀ ਟਰਾਂਸਪੋਰਟ ਮੰਤਰੀ ਸੀ ਉਦੋਂ ਜਿਹੜੀਆਂ ਐਕਟੀਵਿਟੀਆਂ ਸੀਗੀਆਂ ਇਹ ਧਨਾਟਾਂ ਦੀਆਂ ਘੱਟ ਗਈਆਂ ਸੀ ਅਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੀਆਂ ਹੁਣ ਐਕਟੀਵਿਟੀਆਂ ਫਿਰ ਤੋਂ ਸ਼ੁਰੂ ਹੋ ਗਈਆਂ ਜੀ ਦੇਖੋ ਜੀ ਸਿੱਧੀ ਗੱਲ ਆਇਆ ਵੜਿੰਗ ਨੂੰ ਪਤਾ ਸੀ ਵੀ ਇਹ ਨਾਜਾਇਜ਼ ਗੱਡੀਆਂ ਚੱਲਦੀਆਂ ਉਹਨਾਂ ਦੇ ਕਹਿੰਦੇ ਇਹਨਾਂ ਨੂੰ ਬੰਦ ਵੀ ਕਰਦੀਆਂ ਸੀ ਹੁਣ ਜਿਹੜੇ ਸਾਡੇ ਮਾਨਯੋਗ ਟਰਾਂਸਪੋਰਟ ਮੰਤਰੀ ਜੀ ਬਣੇ ਭੁੱਲਰ ਸਾਹਿਬ ਉਹ ਪਤਾ ਨਹੀਂ ਇਹਨਾਂ ਨੂੰ ਜਾਣਬੁੱਝ ਚਲਵਾਉਣਾ ਚਾਹੁੰਦੇ ਜਾਂ ਇਹ 'ਤੇ ਗੋਕ ਨਹੀਂ ਕਰ ਰਹੇ ਉਹ ਤਾਂ ਆਪ ਹੀ ਫਾਲਤੂ ਗੱਲਾਂ 'ਚ ਤੁਰੇ ਫਿਰਦੇ ਨਵੇਂ ਨਵੇਂ ਬਿਆਨ ਕੱਢੀ ਜਾਂਦੇ ਵੀ ਆਹ ਕਰਦੇ ਹੋ ਜੀ ਆਹ ਤਾਂ ਬੈਠੇ ਆਊਟਸੋਰਸਿੰਗ ਰੱਖੇ ਕੰਟਰੈਕਟਰ ਰੱਖੇ ਜਿਹੜੀ ਚੀਜ਼ ਕਰਾਂ ਲਈ ਉਹ ਕਰਦੇ ਨਹੀਂ ਉਹਨਾਂ ਦਾ ਸਹੀ ਕੰਮ ਹੈ ਵੀ ਉਹ ਡਿਪੂਆਂ ਦਾ ਦੌਰਾ ਕਰਨ ਡਿਪੂਆਂ ਟਾਈਮ ਟੇਬਲ ਚੈੱਕ ਕਰਨ ਡਿਪੂਆਂ 'ਚ ਕੀ ਜ਼ਰੂਰਤ ਉਹ ਕੰਮ ਕਰਨ ਰੂਟ 'ਤੇ ਪਰਮਿਟ ਹੈਗਾ ਕਿ ਨਹੀਂ ਹੈਗਾ ਗੱਡੀਆਂ ਚੈੱਕ ਕਰਾਉਣ ਔਰ ਉਹਨਾਂ 'ਤੇ ਕਾਰਵਾਈ ਬੰਦੀ ਕਰਨ ਉਹ ਕੰਮ ਤਾਂ ਕਰ ਹੀ ਰਹੇ ਮੰਤਰੀ ਮੰਤਰੀ ਜੀ ਤਾਂ ਬਸ ਫਾਲਤੂ ਕੰਮਾਂ 'ਚ ਘੁੰਮਦੇ ਫਿਰਦੇ ਆ ਉਹ ਗੱਲਾਂ ਕਰਦੇ ਫਿਰਦੇ ਆਹ ਕੰਮ ਕਰਨ ਵਾਲਾ ਉਹਨਾਂ ਦਾ ਜਿਹੜਾ ਅਸੀਂ ਕਰੀ ਜਾਂਦੇ ਵੀ ਜੋ ਗੱਡੀ ਦਾ ਪਰਮਿਟ ਨਹੀਂ ਟਾਈਮ ਨਹੀਂ ਫਿਰ ਕਿਉਂ ਚਲਾਈ ਜਾਂਦੇ ਜਾਂ ਤਾਂ ਗੱਡੀ ਦਾ ਟਾਈਮ 'ਤੇ ਪਰਮਿਟ ਪਾਇਆ ਜਾਵੇ ਨਹੀਂ ਪਾਇਆ ਜਾਵੇ ਤਾਂ ਕਿਉਂ ਚਲਾਉਂਦੇ ਬੰਦ ਕਰਾਉਣ ਸਰਕਾਰ ਨੂੰ ਚੂਨਾ ਲੱਗ ਰਿਹਾ ਕਰੋੜਾਂ ਰੁਪਈਆ ਦਾ ਚੂਨਾ ਲੱਗ ਰਿਹਾ ਸਰਕਾਰੀ ਗੱਡੀ ਤੋਂ ਟਾਈਮ ਚੱਕੀ ਜਾਂਦੇ ਹੋ ਗੁਰਪ੍ਰੀਤ ਸਿੰਘ ਮੈਂ ਪੰਜਾਬ ਰੋਡਵੇਜ਼ ਡਿਪੂ ਸ੍ਰੀ ਮੁਕਤਸਰ ਸਾਹਿਬ ਦਾ ਕੰਡਕਟਰ ਹਾਂ ਅੱਜ ਜਿਹੜੀ ਇਹ ਘਟਨਾ ਵਾਪਰੀ ਹੈ ਇਹ ਇੱਕ ਔਰਬਿਟ ਕੰਪਨੀ ਦੀ ਬੱਸ ਜਿਹੜੀ ਕਿ ਗੰਗਾਨਗਰ ਤੋਂ ਚੱਲ ਕੇ ਸਪੈਸ਼ਲ ਆਉਂਦੀ ਆ ਜਿਹਦਾ ਟਾਈਮ ਟੇਬਲ ਦੇ ਵਿੱਚ ਕੋਈ ਟਾਈਮ ਨਹੀਂ ਹੈ ਅਤੇ ਸਾਡੇ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦਾ ਜਿਹੜੀ ਵੋਲਵੋ ਗੱਡੀ ਦਾ ਟਾਈਮ ਉਹਦੇ ਟਾਈਮ ਦੇ ਵਿੱਚ ਕੰਪਨੀ ਦੇ ਸਾਡੇ ਡਰਾਈਵਰ ਨਾਲ ਬੱਸ ਰੁਕੀ ਇਹਦੇ ਸੰਬੰਧ 'ਚ ਅਸੀਂ GM ਬਠਿੰਡਾ PRTC ਤੋਂ ਅਤੇ RTA ਬਠਿੰਡਾ ਤੋਂ ਅਤੇ ਮਾਣਯੋਗ ਮੁੱਖ ਮੰਤਰੀ ਕੁਮਾਰ ਜੀ ਤੋਂ ਮੰਗ ਕਰਦੇ ਹਾਂ ਕਿ ਇਹੋ ਜਿਹੀਆਂ ਨਜਾਇਜ਼ ਚੱਲ ਰਹੀਆਂ ਬੱਸਾਂ ਨੂੰ ਤੁਰੰਤ ਰੋਕਿਆ ਜਾਵੇ ਤਾਂ ਕਿ ਸਰਕਾਰੀ ਖਜ਼ਾਨੇ ਨੂੰ ਜਿਹੜਾ ਚੂਨਾ ਲਾ ਰਹੀਆਂ ਬੱਸਾਂ ਇਹ ਨਾ ਲਾਉਣ ਜਦੋਂ ਕਿ ਦੂਜੇ ਪਾਸੇ ਔਰਬਿਟ ਕੰਪਨੀ ਦੇ ਮੁਲਾਜ਼ਮਾਂ ਨੇ ਦਾਅਵਾ ਕੀਤਾ ਕਿ ਉਹਨਾਂ ਦੇ ਕੋਲ ਬਕਾਇਦਾ ਪਰਮਿਟ ਹੈ ਤੇ ਇਸ ਬੱਸ ਦਾ ਟਾਈਮ ਟੇਬਲ ਵੀ ਬਣਿਆ ਹੋਇਆ ਹੈ ਇਹ ਮਾਮਲਾ ਸਾਡੇ ਹੋਰ ਤੋਂ ਟਾਈਮ ਪਏ ਹੋਏ ਆ ਜੀ ਪਰਮਿਟ ਹੈ ਸਾਡੇ ਕੋਲ ਬਕਾਇਦਾ ਕਿਹੜੀ ਬੱਸ ਤੁਹਾਡੀ ਔਰਬਿਟ ਟ੍ਰਾਂਸਪੋਰਟ ਠੀਕ ਹੈ ਜੀ ਕਿੱਥੋਂ ਚੱਲਦੀ ਹੈ ਤੇ ਕਿੱਥੇ ਜਾਂਦੀ ਹੈ ਇਹ ਹੋਰ ਤੋਂ ਚੰਡੀਗੜ੍ਹ ਦਾ ਟਾਈਮ ਹੈ ਜੀ ਹਾਂ ਤੇ ਅੱਜ ਇਹਨਾਂ ਨੇ ਸਾਡੇ ਪੂਰੇ ਗੱਡੀ ਲਾਈ ਹੈ ਇੱਥੇ ਕਿਹਨਾਂ ਨੇ ਪੰਜਾਬ ਰੋਡ ਵਿੱਚ ਮੁਕਤਸਰ ਵਾਲਿਆਂ ਨੇ ਗੱਡੀ ਲਾ ਕੇ ਸਾਡੇ ਨੂੰ ਸਵਾਰੀਆਂ ਲਾਈਆਂ ਇਹ ਕਹਿੰਦੇ ਤੁਹਾਡੇ ਕੋਲ ਪਰਮਿਟ ਨਹੀਂ ਤੁਹਾਡੇ ਕੋਲ ਟਾਈਮ ਟੇਬਲ ਨਹੀਂ ਅਸੀਂ ਕਿਹਾ ਵੀ ਸਾਡੇ ਕੋਲ ਟਾਈਮ ਟੇਬਲ ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਪਰਮਿਟ ਦਾ ਬਕਾਇਦਾ 9 ਟਾਈਮ ਹੈ ਸਾਡੇ ਕੋਲ 7 ਟਾਈਮ ਸਾਡੇ ਟਾਈਮ ਟੇਬਲ 'ਚ ਪਏ ਹੋਏ ਆ ਬਕਾਇਦਾ ਅਸੀਂ ਇਹਨਾਂ ਨੂੰ ਸਭ ਕੁਝ ਦਿਖਾਵਾਂਗੇ ਪਰਮਿਟ ਵੀ ਔਰ ਟਾਈਮ ਟੇਬਲ ਵੀ ਨਹੀਂ ਜੀ ਰਸਤੇ 'ਚ ਨਹੀਂ ਰਸਤੇ ਔਨਲਾਈਨ ਜੇ ਕੋਈ ਸਵਾਰੀ ਹੋਵੇ ਟਿਕਟ ਉਹ ਅਸੀਂ ਚੱਕਦੇ ਹਾਂ ਔਨਲਾਈਨ ਜੇ ਕੋਈ ਸਵਾਰੀ ਹੈ ਬੁਕਿੰਗ ਕਰਦੇ ਤਾਂ ਉਹ ਸਾਨੂੰ ਚੱਕਦੇ ਇੱਕ
ਜ਼ਿਕਰਯੋਗ ਹੈ ਕਿ ਮਲੋਟ ਤੋਂ ਹੀ ਪੰਜਾਬ ਰੋਡਵੇਜ਼ ਦੀ ਏਸੀ ਬੱਸ ਚੰਡੀਗੜ੍ਹ ਨੂੰ ਚੱਲਦੀ ਹੈ, ਜਿਸ ਦਾ ਸਮਾਂ ਸਵੇਰੇ 4:50 ਬਠਿੰਡਾ ਬੱਸ ਅੱਡੇ ਦਾ ਹੈ। ਪਰੰਤੂ ਪਨਵਸ ਦੇ ਮੁਲਾਜ਼ਮਾਂ ਨੇ ਦੋਸ਼ ਲਗਾਇਆ ਕਿ ਔਰਬਿਟ ਕੰਪਨੀ ਦੀ ਉਕਤ ਬੱਸ, ਜੋ ਕਿ ਬਠਿੰਡਾ ਤੋਂ ਬਾਹਰ ਵੱਲ ਬਰਨਾਲਾ ਬਾਈਪਾਸ ਹੋ ਕੇ ਜਾਂਦੀ ਹੈ। ਬਠਿੰਡਾ ਤੋਂ ਸੁਖਜਿੰਦਰ ਮਾਨ ਦੀ ਰਿਪੋਰਟ, D5 ਚੈਨਲ ਪੰਜਾਬੀ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 6 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।